ਸਾਰੇ ਮਰਦੇ ਔਰ ਵਿਚਾਰੀ ਵੇਖ ਵੇਖ ਕੇ ਅਫਸੋਸ ਕਰਦੀ ਹਾਂ ਸਾਰੇ ਮਰਦੇ ਸੀ ਜੀ ਦੇਖੋ ਇਹ ਮਰਦ ਵੀ ਐਸੀ ਹੈ ਔਰ ਤੇਰਾ ਕੀ ਖਿਆਲ ਹੈ ਅੱਧੇ ਮਰਦਾਂ ਨੂੰ ਪਿੱਛੇ ਟਾਂਗਾ ਬਚਾ ਹੋਵੇ ਭਾਈ ਮੈਂ ਤਾਂ ਮਰਦੋ ਕੀ ਫਿਤਰਤ ਸੇ ਅੱਛੀ ਤਰ੍ਹਾਂ ਵਾਕਿਫ ਹੂੰ ਵੈਸੇ ਚਾਂਦੀ ਬੇਗਮ ਸਾਹਿਬਾ ਮੇਰਾ ਹਾਲਤ ਐਸਾ ਨਹੀਂ ਭਾਈ ਮੁਝੇ ਇਸ ਸੇ ਕਿਆ ਮੇਰਾ ਕਾਮ ਤਾਂ ਸਮਝਾਨਾ ਸੋ ਮੈਂ ਵੀ ਤੁਮੇ ਸਮਝਾ ਦਿਆ ਤੁਮ ਜਾਨੇ ਤੁਮਹਾਰਾ ਖਾਲੀ ਜਾਨੇ ਮੁਝੇ ਵਾਰਨ ਕਰਨੇ ਕਾ ਬਹੁਤ ਬਹੁਤ ਸ਼ੁਕਰੀਆ ਹਾਂ ਮੈਨੂੰ ਯਾਦ ਆਇਆ ਬਾਥਰੂਮ ਦਾ ਪਾਈਪ ਖਰਾਬ ਹੈ ਕਿਸੇ ਪਲੰਬਰ ਤੋਂ ਭਿਜਵਾ ਕੇ ਉਹ ਠੀਕ ਕਰਵਾ ਦੇ ਇਹ ਸਟਾਫ ਮੈਂਬਰ ਮੇਰੇ ਪਾਸ ਹੀ ਹੈ ਘਰ ਦਾ ਫਰਨੀਚਰ ਇਸਕੀ ਤੋੜ ਫੋੜ ਮੁਰੰਮਤ ਕਰਾਨਾ ਜਾਂ ਬਦਲਨਾ ਇਸਕੀ ਜ਼ਿੰਮੇਦਾਰੀ ਕਿਰਾਏਦਾਰ ਕੀ ਹੋਗੀ ਔਰ ਮਾਲਕ ਨੂੰ ਜਾਣ ਕੇ ਕਿਸ ਨੂੰ ਹੋਗਾ ਸਿਰਫ ਕਿਰਾਇਆ ਲੈਣਾ ਤੇ ਮੀਆਂ ਬੀਵੀ ਨੂੰ ਆਪਸ ਵਿੱਚ ਲੜਾਉਣਾ ਔਰ ਤੂੰ ਤੇ ਛੋਰੀ ਥਲੇ ਗਮਲੇ ਖੜਕਨੇ ਆ ਵਾਹ ਜੀ ਵਾਹ ਮੈਂ ਖੜਕਨਾ ਵਾ ਤੂੰ ਆਪਣੇ ਲਬੜੀ ਮੀਰਾਂ ਬਣੀ ਕੁੱਕੜਾਂ ਵਾਲੀ ਦੁਕਾਨ ਤੇ ਇਹੋ ਜਿਹੇ ਡਰੰਮ ਪਏ ਹੁੰਦੇ ਨੇ ਛੁਰੀ ਫੇਰ ਕੇ ਵਿੱਚ ਸੁੱਟ ਜਾਂਦੇ ਔਰ ਕੁੱਕੜ ਵਿੱਚ ਤੜਫਣ ਡਿਆ ਹੁੰਦਾ ਉਹ ਡਰੰਮ ਐਵੇਂ ਆਕੜਨ ਡਿਆ ਹੁੰਦਾ ਜਿਵੇਂ ਮੈਂ ਕਤਲ ਕਰ ਛੱਡੇ ਦੇਖ ਨਹੀਂ ਉਹ ਤੂੰ ਮਜ਼ਾਕ ਕਰ ਰਿਹਾ ਅੱਜ ਕੇ ਸਾਥ ਠੀਕ ਹੈ ਵਾ ਮੈਂ ਪਲੰਬਰ ਕੋ ਭੇਜ ਦੂੰਗੀ ਪਾਈਪ ਵੀ ਠੀਕ ਕਰ ਜੇਗਾ ਬਿੱਲ ਜ਼ਰੂਰ ਦੇ ਦੇਣਾ ਜੀ ਆਪ ਕੇ ਆਨੇ ਕਾ ਬਹੁਤ ਬਹੁਤ ਸ਼ੁਕਰੀਆ ਆਪ ਨੇ ਹਾਂ ਹੀ ਆਪ ਹਮਾਰੀ ਇਤਨੀ ਹੌਸਲਾ ਦੇ ਬੜੇ ਮੂੰਹ ਵਾਲੇ ਜੀ ਇੱਕ ਮੇਰੀ ਬਾਤ ਕਾਟ ਖੋਲ ਕੇ ਸੁਣ ਲਓ ਥੋੜੇ ਜਿਹੇ ਤੇ ਖੁੱਲੇ ਨੇ ਜੇ ਵਿੱਚ ਬਹਿ ਕੇ ਗੱਲ ਕਰਨੀ ਤੇ ਹੋਰ ਖੋਲ ਲੈਣਾ ਅਗਰ ਦੁਨੀਆ ਕੇ ਜਾਣੇ ਕੇ ਬਾਅਦ ਤੁਮਨੇ ਕੋਈ ਐਸੀ ਵੈਸੀ ਹਰਕਤ ਕੀ ਅੱਛਾ ਤਾਂ ਮੁਝਸੇ ਬੁਰਾ ਕੋਈ ਨਹੀਂ ਹੋਗਾ ਇਹ ਤੇ ਮੈਨੂੰ ਦੱਸਦਾ ਰਹਿਣਾ ਇਹਦੇ ਨਾਲ ਬੁਰਾ ਕੋਈ ਨਹੀਂ ਮੰਨਦੀ ਨਹੀਂ ਕਿਉਂ ਨਹੀਂ ਮੰਨਦੀ ਤੂੰ ਆ ਦੇਖਾ ਮੇਰੇ ਸਾਹ ਪੱਤ ਬੀਜੀ ਹੋ ਰਹੀ ਹੈ ਮੈਂ ਇੱਕ ਮਿੰਟ ਯਾਦ ਆਪਣੇ ਕਰ ਰਿਹਾ ਕਰੋ ਮੈਂ ਪੰਜ ਵਾਰੀ ਇੱਧਰ ਨਾ ਆਇਆ ਕਰੋ ਹਾਂ ਬਸ ਕਰ ਦੇ ਅਗਰ ਆ ਬਸ ਕਰਾਇਆ ਨਾ ਤੇ ਕਿਸ ਲਈ ਆ ਜਾਂਦੀ ਆਪਕੋ ਪਤਾ ਕਿੰਨੀ ਗੁੱਸੇ ਵਾਲੀ ਹੈ ਮਾਲਕ ਉਹ ਮਾਰੇ ਗ੍ਰੇਲੂ ਬਸ ਕਰ ਦੇ ਮੈਂ ਤੂੰ ਦਖਲ ਦੇ ਮਾਮਲਾ ਆਦ ਮੈਂ ਜੈ ਜਾ ਕੇ ਜਲਦੀ ਸੇ ਤਿਆਰ ਹੋ ਜਾ ਡੈਡੀ ਨੇ ਸੁਣੀ ਮੈਂ ਦੇਖ ਲਿਆ ਤੂੰ ਵੈਸੇ ਗੁੱਸਾ ਕਰ ਜਾਏਗੇ ਉਹ ਡੈਡੀ ਕਿਹੜਾ 3 ਪੀਸ ਪਾ ਕੇ ਆਉਂਦਾ ਵਿਚਾਰਾ ਜੈ ਬਾਤ ਕਰ ਦੋ ਜਾ ਮਾਰੇ ਦੋਸਤ ਕੋ ਜਾਨਵਰ ਪਸੰਦ ਹੈ ਕਿਆ ਹਾਂ ਜਾਨਵਰ ਪਸੰਦ ਹੈ ਮਗਰ ਰੋਸਟ ਹੋਏ ਹੋਏ ਠੀਕ ਹੈ ਫਿਰ ਮੈਂ ਬੇਸ਼ਮਾਰ ਮੱਛਰ ਫਰਾਈ ਕਰਕੇ ਫ੍ਰੀਜ਼ ਕਰ ਦਿੱਤੀ ਠੀਕ ਹੈ ਡੇਢ ਦਰਜਨ ਦਰਾ ਜ਼ਿਆਦਾ ਰੱਖਣਾ ਤੁਹਾਡੇ ਡੈਡੀ ਵੀ ਆਣੇ ਵਾਲੇ ਪਿਛਲੇ ਚੌਂਕ ਚ ਕਿਸੇ ਛੱਲਾ ਮਾਰਦਾ ਮੈਂ ਤੇ ਇਹਨਾਂ ਦੀ ਅਕਲ ਤੋਂ ਹੈਰਾਨ ਆ 100 ਰੁਪਇਆ ਰਿਕਸ਼ੇ ਵਾਲੇ ਨੂੰ ਦੇ ਕੇ ਇੱਥੇ 50 ਦਾ ਲੋਟਾ ਲੈਣ ਆਉਂਦੇ ਆਪਣੇ ਹੀ ਲਵੋ ਦੂਰ ਨਿਕਲ ਗਿਆ ਲੋਟੇ ਤੋਂ ਨੀ ਪਤਾ ਲੱਗਣ ਦੀ ਲੋਟੇ ਤੋਂ ਸਮਝ ਲੱਗਣ ਡਈ ਉਹ ਕਿੱਦਾਂ ਹੀ ਲੈਣ ਗਏ ਨੇ ਲੋਟਾ ਲੈ ਕੇ ਬਸ ਬਚ ਗਏ ਉਹ ਮੈਂ ਗੱਡੀ ਨੂੰ ਰੇਸ ਬੜੀ ਦਿੱਤੀ ਰੇਡੀਏਟਰ ਚ ਤੂੰ ਨੀ ਖੁੱਲ ਗਿਆ ਉਹ ਤਾਂ ਸ਼ੁਕਰ ਹੈ ਪਾਣੀ ਪਾ ਦੇ ਬੱਚਤ ਹੋ ਗਈ ਸ਼ੁਕਰ ਹੈ ਆ ਲੋਟਾ ਪੁੱਤਰ ਅੰਦਰ ਹੈ ਉਹ ਦੌੜਿਓ ਦੋ ਮੂੰਹ ਹੋ ਗਏ ਉਹ ਦੌੜ ਕੀ ਹੋਇਆ ਦੋ ਲੋਟੇ ਹੋ ਗਏ ਅੱਲਾ ਤੂੰ ਕਿਤਨੀਆਂ ਕਰਦਾ ਡੈਡੀ ਆਪ ਠੀਕ ਹੈ ਨਾ ਮੇਰਾ ਬੱਚਾ ਆਪਣਾ ਬੱਚਾ ਯਾਰ ਹੋ ਜਾ ਅੱਛਾ ਡੈਡੀ ਉਹ ਮੈਂ ਫਾਟਕ ਵਾਲੇ ਨੂੰ 20 ਰੁਪਏ ਦੇ ਕੇ ਆਇਆ ਮੈਂ ਕਿਹਾ ਫਾਟਕ ਬੰਦ ਨਾ ਕਰੇ ਖੋਤੀ ਰੇੜੀ ਫਸ ਜਾਵੇ ਤੇ ਘੰਟੇ ਘੰਟੇ ਫਾਟਕ ਨਹੀਂ ਖੁੱਲਦਾ ਸਹੀ ਗੱਲ ਆ ਤੇ ਤੁਸੀਂ ਕਿਉਂ ਫਾਟਕ 'ਚ ਫਸ ਜਾਂਦੇ ਹੋ ਮੈਂ ਖੋਤਾ ਨਹੀਂ ਨਹੀਂ ਮੈਂ ਰੇੜੀ ਦੀ ਗੱਲ ਕਰਨ ਦੀ ਇਹ ਬੱਚਾ ਕੌਣ ਹੈ ਸਾਡੇ ਘਰ ਕੇ ਲੈਣ ਆਇਆ ਡੈਡੀ ਆਪ ਕੋ ਜਵਾਈ ਹੈ ਕਿੰਸਾਂ ਦੀ ਦਵਾਈ ਮੈਂ ਹਕੀਮ ਹਾਂ ਦਰਦਾ ਕੰਮ ਕਰ ਜਾ ਗਿਆ ਉਹ ਜਵਾਈ ਹੈ ਦਾਦਾ ਜਵਾਈ ਦਾਮਾਦ ਓ ਪਰਵੇਜ਼ ਪੁੱਤਰ ਖਾਲਿਦ ਨਾਮ ਹੈ ਇਸਕਾ ਹਾਂ ਖਾਲਿਦ ਹੈ ਹਾਂ ਉਹ ਮੇਰੀ ਗੱਡੀ ਦੀ ਆ ਜਿਹੜਾ ਨਾ ਆਪਣਾ ਕਾਰਬੋਰੇਟਰ ਜੀ ਜੀ ਇਸ ਦੀ ਲੁੱਪ ਢਿੱਲੀ ਹੋ ਗਈ ਇਸ ਨੂੰ ਮੈਂ ਬੜੀ ਅੱਛੀ ਤਰ੍ਹਾਂ ਜਾਣਨਾ ਮੈਂ ਇਸ ਦਾ ਕੰਮ ਕਰ ਲੈਣਾ ਸਹੀ ਗੱਲ ਹੈ ਮੈਂ ਆਪ ਦੇਖਿਆ ਤੁਸੀਂ ਤੇ ਕਈ ਵਾਰੀ ਵਿੱਚੋਂ ਵੜ ਕੇ ਵੀ ਫੇਰਾ ਲਾਇਆ ਮਤਲਬ ਗੱਡੀ ਦੇ ਵਿੱਚ ਸਾਰਾ ਤੁਸੀਂ ਆ ਵੀ ਇਹ ਦੱਸ ਬਈ ਤੂੰ ਕੋਈ ਕੰਮ ਨਹੀਂ ਕਰਦਾ ਕਰਦਾ ਕਿਉਂ ਨਹੀਂ ਕੰਮ ਜੀ ਜਨਾਬ ਬੱਚੀ ਤੁਹਾਡੀ ਤੁਹਾਨੂੰ ਦੱਸਦੀ ਨਹੀਂ ਮੈਂ ਕੰਮ ਕਰਨਾ ਸਵੇਰੇ 9 ਵਜੇ ਦਫ਼ਤਰ ਜਾਣਾ ਔਰ 4 ਵਜੇ ਆਉਣਾ ਅੱਜ ਕਿਉਂ ਮੇਰਾ ਦੋਸਤ ਆ ਰਿਹਾ ਇਟਲੀ ਤੋਂ ਉਹਦੇ ਵਾਸਤੇ ਮੈਂ ਘਰ ਆ ਮੈਂ ਤੇ ਜਦੋਂ ਵੀ ਘਰ ਆਇਆ ਤੂੰ ਵੇਲਾ ਬੈਠਾ ਹੋਣਾ ਲਓ ਵੇਲਾ ਬਹਿ ਬਹਿ ਕੇ ਤੇਰਾ ਮੂੰਹ ਮੇਰੀ ਧੀ ਦੇ ਬਿਊਟੀ ਬਾਕਸ ਜਿੱਡਾ ਹੋ ਗਿਆ ਬੰਦੇ ਨੂੰ ਕਹ ਆ ਜਾਈ ਤਰੇ ਬਲੇਡਾਂ ਲਈ ਸੇਫਟੀ ਤੇਰੀ ਵਜ੍ਹਾ ਤੂੰ ਯਾਦ ਹੋ ਜਾ ਆ
ਮੁਕਾ ਦੇ ਲਈ ਜੀ। ਇੱਕ ਬਲੇਡ ਇਤਨਾ ਸਫ਼ਰ ਕਰ ਸਕਦਾ? ਤੁਹਾਡਾ ਖਿਆਲ ਹੈ ਕਿ ਇੱਕ ਬਲੇਡ ਇੱਥੋਂ ਟੁਰਦਾ, ਇੱਥੇ ਜਾ ਕੇ ਅਗਲੇ ਬਲੇਡ ਨੂੰ ਹੱਥ ਮਾਰਦੇ ਉਹ ਲੈ ਕੇ ਅੱਗੋਂ ਟੁਰ ਪੈਂਦਾ, ਇੱਥੇ ਉਹ ਤੀਜੇ ਨੂੰ ਹੱਥ ਮਾਰਦੇ ਉਹ ਅੱਗੋਂ ਟੁਰ ਪੈਂਦਾ। ਹੈ ਕੌਣ ਇਤਨੀਆਂ ਗੱਲਾਂ ਕਰਦਾ? ਆਪਕੇ ਜਵਾਈ ਸਾਹਿਬ ਹੈਂਗੇ। ਆ ਪਰਵੇਜ਼ ਪੁੱਤਰ ਖਾਲਦ, ਖਾਲਦ ਆ ਖਾਲ। ਦਰਅਸਲ ਮੇਰਾ ਦਿਮਾਗ ਕਿਤੇ ਗੱਡੀ 'ਚ ਰਹਿ ਗਿਆ। ਮੇਰਾ ਪੁੱਤਰ ਫਟਾਫਟ ਤਿਆਰ ਹੋ ਜਾ, ਮੈਂ 7 ਵਜੇ ਕੰਮ ਤੇ ਜਾਣਾ ਬੜਾ ਜ਼ਰੂਰੀ। ਉਹ ਮੁੜ ਸ਼ਾਮੀ ਅਨੇਰਾ ਹੋ ਜਾਂਦਾ, ਉਹ ਗੱਡੀ ਮੇਰੀ ਅਜੀਬੋ ਗਰੀਬ ਹਰਕਤਾਂ ਕਰਦੀ। ਇਹ ਕੀ ਬਾਬਿਆਂ ਨੂੰ ਛੇੜਦੀ? ਬਾਬਿਆਂ ਨੂੰ ਨਹੀਂ ਛੇੜਦੀ, ਬਾਬਿਆਂ ਦੇ ਉੱਤੇ ਚੜ ਜਾਂਦੀ। ਦੀਦੀ ਬ੍ਰੇਕ ਸਹੀ ਕਰਾਓ। ਮੈਂ ਕਿਹਾ ਗੱਲ ਸੁਣ, ਇਹ ਤੂੰ ਨੌਜਵਾਨ ਬੱਚਾ ਤੇ ਤੇਰੀ ਨਜ਼ਰ ਕਮਜ਼ੋਰ ਹੋ ਗਈ, ਐਨਕਾਂ ਲਾਈ ਫਿਰ ਮੈਂ ਵੇਖ ਬੁੱਢਾ ਬਾਬਾ ਸਾਰਾ ਕਮਜ਼ੋਰ ਹੋ ਗਿਆ ਹੈ। ਚਲੋ ਮੈਂ ਕਮਜ਼ੋਰ ਹਾਂ, ਨਜ਼ਰ ਤਾਂ ਮੇਰੀ ਫਿੱਟ ਹੈ ਨਾ। ਹਾਂਜੀ। ਇਹਦਾ ਪੇਜ ਕਿੱਥੇ? ਇਹਦਾ ਜਿਹੜਾ ਵੱਡਾ ਪੇਜ ਹੈ, ਇਹ ਪੇਜ ਹੀ ਹੈ। ਤੁਹਾਡਾ ਟਿੱਕਾ ਮੁੰਡਾ ਨਹੀਂ ਖਲੋਤਾ, ਗੱਲਾਂ ਤੂੰ ਕਿਤੇ ਨਹੀਂ ਕਰਦਾ ਹੋਏ। ਇਸ ਵਾਸਤੇ ਮੈਂ ਕਦੀ ਸ਼ਗਿਰਦ ਨਹੀਂ ਰੱਖਿਆ, ਜਾਂ ਮੈਂ ਤੈਨੂੰ ਨਹੀਂ ਕੰਮ ਸਿਖਾਉਣਾ। ਉਹ ਮੈਂ ਸ਼ਗਿਰਦ ਨਹੀਂ, ਤੁਹਾਡਾ ਜਵਾਈ ਹਾਂ। ਹਾਂ ਪਰਵੇਜ਼। ਖਾਲਦ, ਖਾਲਦ ਹਾਂ ਖਾਲਦ, ਜਾ ਜਾ ਪਰ ਦਫਾ ਹੋ ਜਾ। ਇਹਦਾ ਤੂੰ ਖਾਲ ਉਤਾੜਿਓ ਮੇਰਾ ਵਜ਼ਨ ਜ਼ਿਆਦਾ ਕੀ ਇਸ ਦਾ?